ਅੱਜ ਅੰਮ੍ਰਿਤਸਰ ਵਿੱਚ ਮਹਾਸ਼ਿਵਰਾਤਰੀ ਦੇ ਤਿਉਹਾਰ ਉੱਤੇ ਅੰਮ੍ਰਿਤਸਰ ਦੇ ਸ਼ਿਵਾਲਾ ਭਾਗ ਪਈਆਂ ਵਿੱਚ ਲੋਕ ਸਵੇਰੇ 4 ਵਜੇ ਤੋਂ ਹੀ ਭਗਵਾਨ ਸ਼ਿਵ ਦੇ ਦਰਸ਼ਨਾਂ ਦੇ ਲਈ ਜੁੜਨਾ ਸ਼ੁਰੂ ਹੋ ਗਏ ਸਨ। ਅਜੋਕੇ ਦਿਨ ਲੋਕਾਂ ਵਿੱਚ ਆਪਣੀ ਆਪਣੀ ਸ਼ਰਧਾ ਨੂੰ ਵੇਖ ਕੇ ਕਾਫੀ ਖੁਸ਼ੀ ਪਾਈ ਜਾਂਦੀ ਹੈ। ਸ਼ਿਵਰਾਤਰੀ ਦੇ ਤਿਉਹਾਰ ਕੀ ਕਹਿਣਾ ਚਾਹੋਗੇ, ਕਿੱਦਾਂ ਲੱਗ ਰਿਹਾ? ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਜੀ ਵਧਾਈ ਦੇਣਾ ਚਾਹਾਂਗਾ ਇਸ ਪਾਵਨ ਅਵਸਰ ਦੇ ਉੱਤੇ। ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਅਤੇ ਆਪ ਸਭ ਦਾ ਦਿਨ ਸ਼ੁਭ ਰਹੇ। ਔਰ ਕਿਸ ਤਰ੍ਹਾਂ ਅੱਜ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ। ਕਦੋਂ ਦੇ ਆਏ ਤੁਸੀਂ ਇੱਥੇ ਮੱਥਾ ਟੇਕਣ? ਤਕਰੀਬਨ 2 ਘੰਟੇ ਹੋ ਗਏ ਲਾਈਨ 'ਚ ਲੱਗੇ ਹੋਏ, ਹੁਣ ਕਿਤੇ ਵਾਰੀ ਆਈ ਹੈ, ਦਰਸ਼ਨ ਹੋਏ ਨੇ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਭੋਲੇ ਨਾਥ ਜੀ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।